ਸਾਬਕਾ ਡੀਜੀ ਸੀਆਰਪੀਐਫ ਨੇ ਨੌਹੱਟਾ ਘਟਨਾ ਉੱਤੇ ਦਿੱਤੀ ਪ੍ਰਤੀਕਿਰਿਆ। ਕਿਉਂਕਿ ਨੌਹੱਟਾ ਮੈਂ ਜੋ ਘਟਨਾ ਹੋਈ ਇਸ ਤਰ੍ਹਾਂ ਕਹਿਣਾ ਚਾਹੇਗੀ ਜੋ ਸੀਆਰਪੀਐਫ ਕੇ ਖਿਲਾਫ ਕਥਿਤ ਇਸਨੇ ਮੁਕੱਦਮਾ ਦਰਜ ਕੀਆ ਹੈ। ਯੇ ਆਪਣੇ ਆਪ ਮੇਂ ਕੋਈ ਬੜੀ ਅੱਛੀ ਘਟਨਾ ਨਹੀਂ ਹੈ ਔਰ ਇਸ ਤਰ੍ਹਾਂ ਫੋਰਸਿਸ ਕੇ ਖਿਲਾਫ ਮੁਕੱਦਮਾ ਕਾਇਮ ਕਰਨਾ ਵੀ ਬਹੁਤ ਅੱਛਾ ਪਰੰਪਰਾ ਸੈੱਟ ਨਹੀਂ ਹੋਤੀ ਹੈ। ਇਸਮੇਂ ਇਸਮੇ ਜੋ ਸਟੋਨ ਪੈਲਟਰਸ ਹੈ ਜਿਨਕੀ ਵਜਹ ਸੇ ਪੂਰੀ ਘਟਨਾਕ੍ਰਮ ਸ਼ੁਰੂ ਹੋਈ ਉਨਕੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈ ਔਰ ਸਟੋਨ ਪੈਲਟਰਸ ਉਨਕਾ ਹੌਸਲਾ ਬੜੇਗਾ ਉਨਕਾ ਮਨੋਬਲ ਬੜੇਗਾ ਔਰ ਦੂਸਰੀ ਤਰਫ ਜੋ ਹਮਾਰੀ ਫੋਰਸਿਸ ਹੈ ਉਨਕਾ ਮਨੋਬਲ ਗਿਰੇਗਾ ਕਿਉਂਕਿ ਜਬ ਇੱਕ ਪੱਥਰਬਾਜ ਆਪਕੇ ਉੱਪਰ ਪੱਥਰ ਫੇਂਕਾ ਜਾ ਰਹਾ ਹੈ ਕਾਫੀ ਤਾਦਾਦ ਮੇਂ ਤੋ ਆਪ ਤੋ ਆਪਣੇ ਬਚਾਓ ਕੇ ਲਿਏ ਕੁਛ ਨਾ ਕੁਛ ਕਰੇਂਗੇ ਵਹਾਂ ਸੇ ਭਾਗਨੇ ਕੀ ਕੋਸ਼ਿਸ਼ ਕਰੇਂਗੇ ਜਾਂ ਕਹੀਂ ਛੁਪਨੇ ਕੀ ਕੋਸ਼ਿਸ਼ ਕਰੇਂਗੇ ਉਸਮੇਂ ਅਗਰ ਕੋਈ ਰਾਸਤੇ ਮੇਂ ਛਿਪ ਉਸਮੇਂ ਗਾੜੀ ਸੇ ਕਿਸੀ ਕੋ ਟੱਕਰ ਲੱਗ ਗਈ ਤੋ ਕੋਈ ਐਸਾ ਜਾਨਬੂਝ ਕੇ ਇੰਸੀਡੈਂਟ ਨਹੀਂ ਹੁਆ ਕਿ ਉਸਮੇਂ ਵੋ ਉਸਕੇ ਖਿਲਾਫ ਕਾਰਵਾਈ ਕੀ ਜਾਏ ਔਰ ਅਗਰ ਕਰਨਾ ਥਾ ਤੋ ਸਟੋਨ ਪੈਲਟਿੰਗ ਕੀ ਇੱਕ ਓਫੈਂਸ ਹੈ ਫੋਰਸਿਸ ਕੇ ਉੱਪਰ ਸਟੋਨ ਪੈਲਟਿੰਗ ਮੁਕੱਦਮਾ ਉਸਕਾ ਕਾਇਮ ਹੋਣਾ ਚਾਹੀਦਾ ਸਟੋਨ ਪੈਲਟਿੰਗ ਕਾ ਉਸਕੀ ਤਫਤੀਸ਼ ਮੇਂ ਆਪ ਚਾਹੇ ਸਭ ਚੀਜ਼ ਲੈ ਲੇਤੇ ਐਕਸੀਡੈਂਟ ਕੈਸੇ ਹੁਆ ਕਿਆ ਹੁਆ ਇੱਕ ਅਲੱਗ ਬਾਤ ਥੀ ਲੇਕਿਨ ਯੇ ਕੇਵਲ ਕਿ ਸੀਆਰਪੀਐਫ ਕੇ ਖਿਲਾਫ ਮੁਕੱਦਮਾ ਕਾਇਮ ਕਰਨਾ ਔਰ ਸਟੋਨ ਪੈਲਟਰਸ ਕੇ ਖਿਲਾਫ ਕੁਛ ਨਹੀਂ ਕਰਨਾ ਯੇ ਇੱਕ ਬਹੁਤ ਗਲਤ ਪਰੰਪਰਾ ਹੈ ਔਰ ਯੇ ਫੋਰਸ ਕੇ ਹਿੱਤ ਮੇਂ ਨਹੀਂ ਹੈ ਜੋ ਹਮਾਰੇ ਫੋਰਸ ਕੇ ਕਰਮਚਾਰੀ ਹੈ ਇਨਕੋ ਆਲ ਇੰਡੀਆ ਸਭ ਜਗ੍ਹਾ ਡਿਊਟੀ ਕਰਨੀ ਹੋਤੀ ਹੈ ਔਰ ਉਸ ਡਿਊਟੀ ਕਰਤੇ ਸਮੇਂ ਇਨਕੋ ਬਾਰ ਬਾਰ ਡੇਟਸ ਮੇਂ ਆਨਾ ਪੜੇਗਾ ਪਰੇਸ਼ਾਨੀ ਹੋਗੀ ਜਮਾਨਤ ਕਰਾਓ ਯੇ ਸਭ ਦੁਨੀਆ ਭਰ ਕੀ ਲੀਗਲ ਪ੍ਰੋਬਲਮਸ ਇਨਕੇ ਸਾਹਮਣੇ ਆਏਂਗੇ ਔਰ ਵੋ ਔਰ ਜੋ ਸਟੋਨ ਪੈਲਟਰਸ ਹੈ ਵੋ ਤੋ ਲੋਕਲ ਹੈ ਇਨਕੋ ਤੋ ਜਬ ਯੇ ਡੇਟ ਪੇ ਆਏਂਗੇ ਇਨਕੋ ਇੱਕ ਯੇ ਵੀ ਪ੍ਰੋਬਲਮ ਹੈ ਕਿ ਲੋਕਲਸ ਕੋ ਫਿਰ ਸੇ ਫੇਸ ਕਰਨਾ ਪੜੇਗਾ ਤੋ ਇਸ ਲਈ ਯੇ ਇੱਕ ਬਹੁਤ ਉਚਿਤ ਕਦਮ ਨਹੀਂ ਹੈ।